ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਾਲਾਤ ਜੋ ਸਾ ਕੌਮ ਦੇ ਹੈ, ਇਹਨਾਂ ਨੂੰ ਦੇਖਦੇ ਹੋਏ ਇਹ ਸੋਚ ਬਣਦੀ ਹੈ ਕਿ ਅੱਜ ਇੱਥੇ ਕਿਸ ਤਰ੍ਹਾਂ ਆ ਗਏ, ਇੱਥੇ ਤੱਕ ਕਿੱਥੇ ਪਹੁੰਚ ਗਏ। ਸ਼ਾਇਰ ਕਹਿੰਦਾ ਹੈ, ਵੋ ਵਕਤ ਵੀ ਦੇਖਾ ਤਾਰੀਖ ਕੀ ਘੜੀਆਂ ਨੇ, ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਸਿੰਘ ਸਭਾ ਮੂਵਮੈਂਟ ਵਿੱਚ ਜਦੋਂ ਕੌਮ ਨੇ ਇੱਕ ਉਸਾਰੀ ਪਾਈ ਸੀ ਕਿ ਇਲੈਕਸ਼ਨ ਬੇਸਡ ਮੈਨੇਜਮੈਂਟ ਸਿਸਟਮ ਗੁਰਦੁਆਰੇ ਦਾ ਹੋਏ, ਮਾਫ ਕਰਨਾ ਪਰ ਉਹ ਮੈਨੇਜਮੈਂਟ ਸਿਸਟਮ ਅੱਜ ਘਣ ਬਣ ਗਿਆ, ਸਾਡਾ ਕੈਂਸਰ ਬਣ ਗਿਆ। ਅੱਜ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਮਹਾਰਾਜ ਤੋਂ ਅਸੀਂ ਸੇਧ ਲਈਏ ਤੇ ਮਹਾਰਾਜ ਕੀ ਕਹਿ ਰਹੇ ਹੈ। ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ, ਸਾਨੂੰ ਅਕਾਲ ਤਖ਼ਤ ਦੇ ਦਰਸ਼ਨ ਨਹੀਂ ਹੁੰਦੇ। ਅਕਾਲ ਤਖ਼ਤ ਕੋਠਾ ਸਾਹਿਬ ਜਿੱਥੇ ਗੁਰੂ ਅਰਜਨ ਸਾਹਿਬ ਬੈਠ ਕੇ ਹਰਿਮੰਦਰ ਸਾਹਿਬ ਦੀ ਕੰਸਟਰਕਸ਼ਨ ਕਰਾਉਂਦੇ ਨੇ, ਸਿਰਫ ਉਹਦਾ ਮੂੰਹ ਦਰਬਾਰ ਸਾਹਿਬ ਵੱਲ ਹੈ, ਬਾਕੀ ਸਾਰੀ ਪੌੜੀਆਂ ਜਿਹੜੀਆਂ ਉੱਪਰ ਦੀਆਂ ਨੇ ਦੂਜੇ ਪਾਸੇ ਮੂੰਹ ਕਰਦੀਆਂ। ਜਦੋਂ ਆਪ ਅਕਾਲ ਤਖ਼ਤ ਵਿੱਚ ਮੱਥਾ ਟੇਕਣ ਜਾਓਗੇ, ਆਪ ਦੀ ਪਿੱਠ ਦਰਬਾਰ ਸਾਹਿਬ ਵੱਲ ਕਦੇ ਨਹੀਂ ਹੋਏਗੀ। ਪੋਲੀਟਿਕਸ ਔਰ ਸਪਿਰਚੁਐਲਿਟੀ, ਧਰਮ ਔਰ ਪੋਲੀਟਿਕਸ ਦਾ ਜੋ ਰਿਸ਼ਤਾ ਹੈ, ਮਹਾਰਾਜ ਨੇ ਇੱਥੇ ਡਿਫਾਈਨ ਕਰ ਦਿੱਤਾ ਹੈ ਕਿ ਜਦੋਂ ਅਸੀਂ ਅਭਿਆਸ ਦੇ ਸ਼ਬਦ ਵਿੱਚ ਬੈਠੀਏ, ਨਿਰੋਲ ਸ਼ਬਦ ਵਿੱਚ ਬੈਠੀਏ, ਸਾਡਾ ਜਕਾਰਾ ਬੋਲੇ ਸੋ ਨਿਹਾਲ, ਆਪ ਨੂੰ ਪਤਾ ਹੈ ਕਿ ਨਹੀਂ, ਉਹ ਦਰਬਾਰ ਸਾਹਿਬ ਵਿੱਚ ਸੈਂਟਮ ਸੈਂਟੋਰੀਅਮ ਵਿੱਚ ਨਹੀਂ ਬੋਲਿਆ ਜਾਂਦਾ, ਕਿਉਂਕਿ ਉਹ ਸਾਡਾ ਵਾਰ ਕਰਾਏ ਹੈ, ਉਹਦੇ ਨਾਲ ਰਿਲੇਸ਼ਨ ਕਾਲ ਤਖ਼ਤ ਦਾ ਹੈ। ਕੀ ਗੱਲ ਹੈ, ਗੱਲ ਕੀ ਹੈ? ਗੱਲ ਇਹ ਹੈ ਕਿ ਸ਼ਬਦ ਆਧਾਰ ਹੈ ਸਿੱਖ ਦਾ, ਸਿੱਖ ਸੁਣਦਾ ਸ਼ਬਦ ਦੇ ਨਾਲ ਹੈ, ਉੱਠਦਾ ਸ਼ਬਦ ਦੇ ਨਾਲ ਹੈ, ਔਰ ਕੇਵਲ ਸ਼ਬਦ ਦੇ ਨਾਲ ਹੀ ਸਾਡੀ ਜਿੱਤ ਹੈ, ਹੋਰ ਸਾਰੀ ਹਾਰ ਦੇ ਰਸਤੇ ਨੇ। ਮੈਨੇਜਮੈਂਟ ਸਿਸਟਮ ਦਾ ਅਗਰ ਕੋਈ ਬੇਸਿਸ ਹੋਏਗਾ ਤੇ ਉਹ ਸਿਲੈਕਸ਼ਨ ਬੇਸਿਸ, ਇਲੈਕਸ਼ਨ ਬੇਸਿਸ ਤਾਂ ਗਿਣਿਆ ਨਹੀਂ। ਅੱਜ ਅਗਰ ਅਸੀਂ ਪਿੱਛੋਂ ਜਾਈਏ, ਕਾਲੀ ਫੂਲਾ ਸਿੰਘ ਹੋਏ ਜਾਂ ਹੋਰ ਜਥੇਦਾਰ ਹੋਏ, ਇਲੈਕਸ਼ਨ ਨਹੀਂ ਹੋਈ, ਸਿਲੈਕਸ਼ਨ ਬੇਸਿਸ। ਉਹਦਾ ਜਿਹੜਾ ਫਾਊਂਡੇਸ਼ਨ ਹੈ ਉਹ ਮਹਾਰਾਜ ਨੇ ਡਿਫਾਈਨ ਕਰ ਦਿੱਤੀ ਕਿ ਭਾਈ ਸ਼ਬਦ ਤੋਂ ਜਾਗਰਤ ਹੋ ਕੇ, ਜਾਗ ਕੇ ਫਿਰ ਡਿਸੀਜਨ ਲਓ। ਆਪ ਦੇਖੋ ਸਿੱਖ ਕੌਮ ਵਿੱਚ ਪਹਿਰਾਵੇ ਦਾ ਕੋਈ ਰੋਕ ਨਹੀਂ ਹੈ, ਖਾਣ ਦੀ ਰੋਕ ਮਹਾਰਾਜ ਨੇ ਬੜੀ ਓਪਨ ਕਹਿ ਦਿੱਤੀ ਕਿ ਜਿਸ ਚੀਜ਼ ਤੋਂ ਤੇਰਾ ਨਾਮ ਹੁੰਦਾ ਅਭਿਆਸ ਟੁੱਟਦਾ ਹੈ ਉਹ ਨਾ ਖਾਈ, ਜਿੱਤ ਖਾਧੇ ਮਨ ਪੀੜੀਏ ਤਨ ਮੇ ਚਲੇ ਵਿਕਾਰ, ਮਹਾਰਾਜ ਕਹਿੰਦੇ ਉਹ ਛੱਡ ਦੇ। ਕਿਉਂ ਕਹਿ ਰਹੇ ਹੈ? ਮਹਾਰਾਜ ਕਹਿ ਰਹੇ ਕਿ ਜਾਗਰਤ ਹੋਣਾ ਜ਼ਰੂਰੀ ਹੈ, ਸ਼ਬਦ ਤੋਂ ਉਜਾਗਰ ਹੋਣਾ, ਮਨ ਨੂੰ ਜਗਾਉਣਾ ਸਾਰੀ ਫਾਊਂਡੇਸ਼ਨ ਹੈ। ਹੁਣ ਅਸੀਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਗੰਭੀਰਤਾ ਨਾਲ ਦੇਖੀਏ, ਅਸੀਂ ਕੀ ਕਰ ਦਿੱਤਾ? ਅੱਜ ਸਾਰੇ ਸਪਿਰਚੁਅਲ ਸੈਂਟਰ ਸਾਡੇ ਸਾਰੇ, ਮੈਂ ਆਪ ਨੂੰ ਸਿਰਫ DGPC DGMC ਔਰ SGPC ਦੀ ਗੱਲ ਨਹੀਂ ਕਰਦਾ, ਅੱਜ ਸਾਰੇ ਹੀ ਗੁਰਦੁਆਰੇ ਪੋਲੀਟੀਕਲ ਹੋ ਗਏ, ਪੋਲੀਟਿਕਸ ਦੇ ਬੇਸ ਤੇ ਚੱਲ ਗਏ, ਪੋਲੀਟਿਸਾਈਜ਼ ਹੋ ਗਏ। ਕੋਈ ਥੋੜੇ ਜਿਹੇ ਵਿਰਲੇ ਗੁਰਦੁਆਰੇ ਹੋਣਗੇ ਜਿੱਥੇ ਮਿਲ ਬੈਠ ਕੇ ਸੰਗਤ ਆਪਸ ਵਿੱਚ ਫੈਸਲਾ ਕਰ ਲੈਂਦੀ ਹੈ ਕਿ ਜੀ ਤੁਸੀਂ ਪ੍ਰਧਾਨ ਹੋ, ਤੁਸੀਂ ਸਕੱਤਰ ਹੋ। ਹੁਣ ਇਹਦੇ 'ਚ ਬੜਾ ਵੱਡਾ ਨੁਕਸਾਨ ਹੈ, ਸਕੱਤਰ ਤਾਂ ਇੱਕੋ ਹੀ ਹੋਏਗਾ, ਪ੍ਰਧਾਨ ਵੀ ਇੱਕੋ ਹੀ ਹੋਏਗਾ, ਬਾਕੀ ਸਾਰੇ ਉਹਨਾਂ ਦੇ ਦੁਸ਼ਮਣ ਹੋਣਗੇ। ਮੈਂਬਰ ਅਗਰ 25 ਨੇ ਜਾਂ 18 ਨੇ ਜਾਂ ਕਮੇਟੀ 'ਚ 15 ਨੇ ਤੇ ਬਾਕੀ ਸਾਰੇ ਇਹੀ ਉਡੀਕ ਰੱਖਦੇ ਆ ਕਿ ਕਦੋਂ ਮੈਂ ਪ੍ਰਧਾਨ ਬਣਾਂਗਾ। ਗੁਰੂ ਮਹਾਰਾਜ ਨੇ ਸਾਨੂੰ ਕਦੇ ਨਹੀਂ ਕਿਹਾ ਕਿ ਗੁਰਦੁਆਰਾ ਚੌਧਰ ਲਈ ਜਾਓ, ਮਹਾਰਾਜ ਨੇ ਇਹ ਕਿਹਾ ਕਿ ਗੁਰਦੁਆਰੇ ਲਾਏ ਭਾਵਨੀ, ਆਨੰਦ ਸਾਹਿਬ ਗੁਰੂ ਅਮਰਦਾਸ ਦੀ ਬਾਣੀ ਹੈ, ਕੋਠੇ ਚੜ੍ਹ ਕੇ ਮਹਾਰਾਜ ਨੇ ਸੁਣਾਈ, ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਭਾਵਨਾ ਨਾਲ ਜਾਣਾ, ਨੀਵੇਂ ਹੋ ਕੇ ਜਾਣਾ, ਚੌਧਰ ਲਈ ਕਦੇ ਸਿੱਖ ਨੂੰ ਆਦੇਸ਼ ਕਿਧਰੇ ਹੈ ਹੀ ਨਹੀਂ।
ਪਰ ਅਨਫੋਰਚੂਨੇਟਲੀ ਸਾਡੇ ਇਹ ਜਿਹੜੇ ਸਥਾਨ ਨੇ ਇਹ ਫਾਊਂਡੇਸ਼ਨ ਬਣ ਗਏ ਅੱਜ ਪੋਲੀਟੀਕਲ ਪਾਵਰ ਔਰ ਮਨੀ ਇਹ ਤਾਂ ਬਿਲਕੁਲ ਉਲਟਾ ਸਿਸਟਮ ਹੋ ਗਿਆ ਅਸੀਂ ਜਿੱਥੇ ਦੇਣਾ ਜਾਣਾ ਸੀ ਅੱਜ ਸਾਡੀ ਸੋਚ ਹੋ ਗਈ ਕਿ ਇੱਥੇ ਲੈਣ ਜਾਵਾਂਗੇ ਇੱਥੋਂ ਗੱਡੀਆਂ ਲੈ ਲਾਂਗੇ ਇੱਥੋਂ ਪਾਵਰ ਲੈ ਲਾਂਗੇ ਇਸ ਤੋਂ ਪੋਲੀਟਿਕਸ ਵਿੱਚ ਚਲੇ ਜਾਵਾਂਗੇ ਉਸ ਤੋਂ ਫਿਰ ਪੈਸਾ ਕਮਾ ਲਾਂਗੇ ਜਾਂ ਪੈਸਾ ਮੀਨਜ਼ ਬਣ ਜਾਣਗੇ ਚਾਰ ਚਾਰ ਗੱਡੀਆਂ ਗੁਰਦੁਆਰੇ ਦੀ ਗੋਲਕ ਚੋਂ ਕੋਈ ਚਲਾਏ ਮੈਨੂੰ ਇੱਕ ਸਮਾਂ ਯਾਦ ਹੈ ਇੱਕ ਗੱਡੀ ਹੁੰਦੀ ਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲ ਇੱਕ ਕਾਰ ਹੁੰਦੀ ਸੀ ਔਰ ਉਹ ਕਾਰ ਪ੍ਰਧਾਨ ਨੂੰ ਛੱਡ ਕੇ ਸ਼ਾਮ ਨੂੰ ਵਾਪਸ ਆਉਂਦੀ ਸੀ ਰਾਤ ਨੂੰ ਉਹ ਗੁਰਦੁਆਰੇ ਦੇ ਵਿੱਚ ਹੀ ਰਹਿੰਦੀ ਸੀ ਜਦੋਂ ਦੂਸਰੀ ਗੱਡੀ ਲੈਣ ਦੀ ਬਹਿਸ ਚੱਲੀ ਬੜੀ ਡਿਬੇਟ ਹੋਈ ਕਿਉਂਕਿ ਕਦੇ ਕਦੇ ਪ੍ਰਧਾਨ ਯੂਜ਼ ਕਰ ਰਿਹਾ ਗੱਡੀ ਤੇ ਕੋਈ ਡਿਗਨੇਟਰੀ ਆਇਆ ਜਾਂ ਕੋਈ ਜਥੇਦਾਰ ਆਏ ਉਹਨਾਂ ਨੂੰ ਲੈਣ ਬੜੀ ਡਿਬੇਟ ਹੋਈ ਇਹ ਕਿਸ ਤਰ੍ਹਾਂ ਕਿਸ ਤਰਫ ਕਦੋਂ ਫਰੋਮ ਗੁਰੂ ਦੀ ਗੋਲਕ ਦਿਸ ਬਿਕੇਮ ਪਰਸਨਲ ਮਨੀ ਇਹ ਕੋਈ ਲਾਈਨ ਕਦੋਂ ਕ੍ਰੋਸ ਹੋਈ ਕਦੋਂ ਇਹ ਲਾਈਨ ਕ੍ਰੋਸ ਹੋ ਗਈ ਕਦੋਂ ਸਾਨੂੰ ਗੁਰੂ ਦੀ ਗੋਲਕ ਆਪਣੀ ਜਾਪਦੀ ਲੱਗ ਪਈ ਗੁਰੂ ਦੀ ਗੋਲਕ ਤੋਂ ਖਰਚਾ ਕਰਨਾ ਸਾਨੂੰ ਕੋਈ ਡਰ ਹੀ ਨਹੀਂ ਲੱਗ ਰਿਹਾ ਇਹ ਬੜੀ ਡੇਂਜਰਸ ਗੱਲ ਹੈ ਕਿਉਂਕਿ ਗੁਰਦੁਆਰੇ ਦੇ ਨਾਲ ਸਾਡੇ ਦੋ ਬੇਸਿਕ ਫੰਡਾਮੈਂਟਲ ਅਟੈਚਡ ਨੇ ਇੱਕ ਸਾਡੀ ਆਈਡੈਂਟੀਟੀ ਦੂਜਾ ਸਾਡਾ ਨਾਮ ਇਹਨਾਂ ਦੋਨਾਂ ਦਾ ਨੁਕਸਾਨ ਹੋਇਆ ਅਸੀਂ ਨਾਮ ਤੋਂ ਉਜਾਗਰ ਹੋ ਕੇ ਕੋਈ ਇਹੋ ਜਿਹੇ ਪ੍ਰੋਗਰਾਮ ਨਹੀਂ ਉਲੀਕੇ ਜਿਨ੍ਹਾਂ ਨਾਲ ਅਸੀਂ ਰੈਲੇਵੈਂਟ ਹੋ ਸਕੀਏ ਕਮਿਊਨਿਟੀ ਲਈ ਦੇਸ਼ ਲਈ ਦੁਨੀਆ ਲਈ ਕਿਉਂਕਿ ਨਾਮ ਦੀ ਸ਼ਕਤੀ ਨਹੀਂ ਰਹਿ ਗਈ ਆਪਸ ਵਿੱਚ ਹੀ ਲੜ ਮਰ ਕੇ ਗੋਲਕ ਦੇ ਚੱਕਰ 'ਚ ਹੀ ਅਸੀਂ ਸਾਰੀ ਆਪਣੀ ਸ਼ਕਤੀ ਖਰਾਬ ਕਰ ਲਈ ਮਾਫ ਕਰਨਾ ਪਰ ਇਉਂ ਲੱਗਦਾ ਜਿਵੇਂ ਰਿਵਰਸ ਗੇਅਰ 'ਚ ਗੱਡੀ ਚੱਲ ਰਹੀ ਓਪੋਜ਼ਿਟ ਆਫ ਵਾਟ ਗੁਰੂ ਸੈਡ ਵੀ ਆਰ ਡੂਇੰਗ ਇਹ ਗਾਲਿਬ ਦਾ ਸ਼ੇਰ ਯਾਦ ਆਉਂਦਾ ਹੈ ਉਹ ਕਹਿੰਦਾ ਹਰੇਕ ਬਾਤ ਪੇ ਕਹਿਤੇ ਹੋ ਤੁਮ ਕਿ ਤੂੰ ਕਿਆ ਹੈ ਤੁਮੀ ਕਹੋ ਇਹ ਅੰਦਾਜ਼ ਗੁਫ਼ਤਗੂ ਕਿਆ ਹੈ ਡਾਇਲੋਗ ਦੀ ਤਾਂ ਜਗ੍ਹਾ ਹੀ ਨਹੀਂ ਰਹਿ ਗਈ ਅਸੀਂ ਬੈਠ ਕੇ ਗੱਲ ਹੀ ਨਹੀਂ ਕਰ ਪਾ ਰਹੇ ਹਾਂ ਇੱਕ ਦੂਸਰੇ ਤੇ ਲਾਂਛਣ ਦੇਣ ਔਰ ਲੜਾਈਆਂ ਕਰਨ ਤੋਂ ਇਲਾਵਾ ਐਂਗਰ ਫਾਊਂਡੇਸ਼ਨ ਬਣ ਗਿਆ ਪ੍ਰੇਮ ਦੀ ਜਗ੍ਹਾ ਅੱਜ ਲੜਾਈ ਔਰ ਐਂਗਰ ਫਰਸਟ੍ਰੇਸ਼ਨ ਫਾਊਂਡੇਸ਼ਨ ਬਣ ਗਈ ਸਾਡੀ ਡੇ ਟੂ ਡੇ ਕਮੀ ਉਹਦੇ ਨਾਲ ਇਫੈਕਟ ਹੁੰਦਾ ਜਿਹੜਾ ਗੁਰਦੁਆਰੇ ਆਉਂਦਾ ਹੈ ਉਹ ਵੀ ਦੇਖਦਾ ਕਿ ਕੀ ਹੋ ਰਿਹਾ ਫਿਰ ਉਹ ਕਹਿੰਦਾ ਰਗੋ ਮੇ ਦੌੜਤੇ ਫਿਰਨੇ ਕਿ ਹਮ ਨਹੀਂ ਕਾਇਲ ਜੋ ਆਂਖ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ ਅੱਜ ਮਾਫ ਕਰਨਾ ਪਰ ਜੋ ਹਾਲਾਤ ਨੇ ਇਹਨਾਂ ਨੂੰ ਦੇਖ ਕੇ ਕੌਮ ਦਾ ਦਰਦੀ ਖੂਨ ਦੇ ਲਹੂ ਰੋ ਰਿਹਾ ਹੋਰ ਕੁਝ ਨਹੀਂ ਪੰਜਾਬ ਦੇਖ ਲਈਏ ਦਿੱਲੀ ਦੇਖ ਲਈਏ ਅਮਰੀਕਾ ਦੇਖ ਲਈਏ ਗੁਰਦੁਆਰਾ ਮੈਨੇਜਮੈਂਟ ਦੀ ਲੜਾਈਆਂ ਦੇ ਉੱਤੇ ਸਿੱਖ ਲੜਨ ਜਾਂ ਉਹ ਮਿਸਮੈਨੇਜ ਕਰਨ ਇਹ ਤੇ ਅਨਐਕਸੈਪਟੇਬਲ ਹੈ ਸਾਨੂੰ ਉੱਥੇ ਨੀਵਾਂ ਹੋ ਕੇ ਜਾਣਾ ਹੈ ਸਾਨੂੰ ਜੁੱਤੀਆਂ ਝਾੜਨੀਆਂ ਸਾਨੂੰ ਸੇਵਾ ਕਰਨੀ ਹੈ ਇਹ ਤਾਂ ਸਿਖਾਇਆ ਹੈ ਪਰ ਚੌਧਰ ਕਰਨੀ ਕਿੱਥੇ ਸਿਖਾਇਆ ਕਿਹੜੀ ਜਗ੍ਹਾ ਕਿਹੜੇ ਮਹਾਰਾਜ ਦੇ ਸ਼ਬਦ ਨਾਲ ਹੈ ਅਸੀਂ ਸਿੱਖ ਕੇ ਚੱਲਦੇ ਹਾਂ ਅੱਜ ਲੋੜ ਹੈ ਜਥੇਬੰਦੀ ਦੀ ਅਸੀਂ ਕੀ ਕਰਾਂਗੇ ਇਸ ਤਰ੍ਹਾਂ ਇਹਨੂੰ ਕਿਸ ਤਰ੍ਹਾਂ ਅਸੀਂ ਚੇਂਜ ਲਿਆਵਾਂਗੇ ਉਹ ਚੇਂਜ ਲਿਆਉਣ ਵਾਸਤੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰੋਂ ਚੇਂਜ ਕਰਨਾ ਹੋਏਗਾ ਜਥੇਬੰਦੀ ਬਣਾਉਣੀ ਪਏਗੀ ਮੈਨੂੰ ਤਾਂ ਸਾਂਝ ਸਮਝ ਆਉਂਦੀ ਹੈ ਪੁਰਾਤਨ ਸਿੱਖਾਂ ਦੀ ਇੱਕ ਰੀਤ ਹੁੰਦੀ ਸੀ ਉਹ ਸ਼ਾਮ ਦੇ ਰਹਿਰਾਸ ਇਕੱਠੇ ਪੜਦੇ ਸਨ ਉਸ ਸਾਂਝ ਨਾਲ ਇੱਕ ਸ਼ਕਤੀ ਆਉਂਦੀ ਹੈ ਅਸੀਂ ਇੱਕ ਦੂਜੇ ਦੀ ਲੱਤਾਂ ਨਾ ਖਿੱਚ ਕੇ ਇੱਕ ਦੂਜੇ ਦਾ ਸਪੋਰਟ ਸਿਸਟਮ ਬਣ ਜਾਈਏ ਕਮਿਊਨਿਟੀ ਦਰਦ ਔਰ ਸ਼ੇਅਰਿੰਗ ਦਾ ਹਿੱਸਾ ਬਣ ਜਾਏ ਤੇ ਕਮਿਊਨਿਟੀ ਰੈਲੇਵੈਂਟ ਹੋ ਜਾਂਦੀ ਹੈ ਸਟਰੈਂਥ ਆਉਂਦੀ ਹੈ ਸਾਨੂੰ ਫਿਰ ਉੱਥੋਂ ਇਹ ਜਿੰਨੇ ਤੁਸੀਂ ਨਾ ਸੁਣਦੇ ਹੋ ਪੁਰਾਣੇ
ਇੱਥੇ ਦਿੱਲੀ ਚ ਹੋਏ ਬਾਜ ਸਿੰਘ, ਤੁਸੀਂ ਕਦੇ ਦੇਖਣਾ ਇੰਟਰਨੈਟ ਤੇ ਦੇਖਣਾ ਕਿ ਬਾਜ ਸਿੰਘ ਕੌਣ ਸੀ, ਫਰਖੁਸਿਆਰ ਨੂੰ ਜੰਗਲੇ ਚ ਬਾਜ ਸਿੰਘ ਨੂੰ ਲੜਕਾਰਿਆ ਸੀ ਤੇ ਇੱਥੇ 10 ਬੰਦੇ ਢਾਹਤੇ ਸਨ ਕੱਲੇ ਬਾਜ ਸਿੰਘ ਨੇ। ਬੰਦਾ ਸਿੰਘ ਬਹਾਦੁਰ ਦੇ ਨਾਲ ਉਹਨਾਂ ਦਾ ਜਰਨੈਲ ਸੀ ਬਾਜ ਸਿੰਘ। ਮੁਲਤਾਨ ਦੀ ਕਥਾ ਤੁਹਾਨੂੰ ਯਾਦ ਹੈ ਕਿ ਨਹੀਂ, ਮੁਲਤਾਨ ਚ ਘੇਰਾ ਪਿਆ, ਚੌਥੀ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਯਤਨ ਕੀਤਾ ਕਿ ਮੁਲਤਾਨ ਨਾ ਢਾਣਾ ਹੈ, ਮੁਲਤਾਨ ਨੂੰ ਘੇਰਾ ਪਿਆ। ਮੁਲਤਾਨ ਦੀ ਫੋਰਟੀਫਿਕੇਸ਼ਨ ਬੜੀ ਅੱਛੀ ਸੀ ਤੇ ਕੋਈ ਜ਼ਰੀਆ ਨਹੀਂ ਸੀ। ਇੱਕ ਕੈਨਨ ਹੈ ਤੋਪ, ਅੱਜ ਲਾਹੌਰ ਚ ਇੱਕ ਚੌਰਾਹੇ ਚ ਪਈ ਹੈ, ਉਹਦਾ ਨਾਂ ਹੈ ਜ਼ਮਜ਼ਮਾ ਕੈਨਨ। ਉਹ ਅਹਿਮਦ ਸ਼ਾਹ ਅਬਦਾਲੀ ਨੇ ਬਣਵਾਈ ਸੀ ਤੇ ਸਿੱਖਾਂ ਨੇ, ਭੰਗੀ ਮਿਸਲ ਨੇ ਪਹਿਲੀ ਵਾਰੀ ਖੋਲੀ ਉਸ ਤੋਂ। ਭੰਗੀ ਮਿਸਲ ਦਰਬਾਰ ਸਾਹਿਬ ਦੀ ਜਿਹੜੀ ਦੇਖ ਰੇਖ ਹੈ ਉਹ ਭੰਗੀ ਮਿਸਲ ਦੇਖਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਭੰਗੀ ਮਿਸਲ ਕੋਲ ਗਏ, ਉਹਨਾਂ ਨੂੰ ਕਿਹਾ ਕਿ ਕੌਮ ਦੀ ਇੱਜ਼ਤ ਦਾ ਸਵਾਲ ਹੈ, ਸਾਨੂੰ ਇਹ ਤੋਪ ਨਹੀਂ ਮਿਲੇਗੀ ਤੇ ਸਾਡੀ ਨੱਕ ਕੱਟ ਜਾਏਗੀ। ਜਥੇਦਾਰ ਭੰਗੀ ਮਿਸਲ ਦੇ ਨਹੀਂ ਸਨ, ਮੇਰੇ ਖਿਆਲ ਸਾਹਿਬ ਸਿੰਘ ਜਾਂ ਸਾਧੂ ਸਿੰਘ ਜਥੇਦਾਰ ਉਸ ਵੇਲੇ ਹਾਜ਼ਰ ਸਨ। ਉਹਨਾਂ ਨੇ ਕਿਹਾ ਸੀ ਪਹੁੰਚਦੇ ਹਾਂ ਤੂੰ ਚੱਲੋ। ਭੰਗੀ ਮਿਸਲ ਜ਼ਮਜ਼ਮਾ ਕੈਨਨ ਲੈ ਕੇ ਮੁਲਤਾਨ ਪਹੁੰਚੀ, 3 ਵਾਰੀ ਤੋਪ ਚਲਾਈ, ਚੌਥੀ ਤੋਪ ਤੇ ਉਹਦਾ ਪਹੀਆ ਟੁੱਟ ਗਿਆ। ਪਹੀਆ ਟੁੱਟ ਗਿਆ, ਹੁਣ ਕੋਈ ਜ਼ਰੀਆ ਨਹੀਂ। ਫੈਸਲਾ ਇਹ ਕੀਤਾ ਗਿਆ ਕਿ ਸਿੱਖ ਆਪਣੇ ਪਿੱਠ ਦੇ ਉੱਤੇ ਉਸ ਕੈਨਨ ਨੂੰ, ਤੋਪ ਨੂੰ ਸੰਭਾਲਣਗੇ ਤੇ ਵਾਰ ਹੋਏਗਾ, ਪਰ ਐਪ ਤੈਅ ਸੀ ਕਿ ਜਿਹੜਾ ਵੀ ਆਪਣੀ ਪਿੱਠ ਤੇ ਉਸਨੂੰ ਰੱਖੇਗਾ ਉਹ ਟੁਕੜੇ ਟੁਕੜੇ ਹੋ ਜਾਏਗਾ। ਇੱਕ ਮੁਸਲਮਾਨ ਰਾਈਟਰ ਉੱਥੇ ਖੜਾ ਸਿੱਖ ਭੇਸ ਵਿੱਚ ਬੈਠਾ ਲਿਖਦਾ ਹੈ ਕਿ ਜਦੋਂ ਇਹ ਅਨਾਊਂਸ ਹੋਇਆ ਇਸ ਤਰ੍ਹਾਂ ਲੱਗਿਆ ਕਿ ਹੁਣ ਲੜਾਈ ਹੋਏਗੀ ਕਿ ਕੌਣ ਨਹੀਂ ਜਾਏਗਾ। ਆਪਸ ਵਿੱਚ ਸਿੱਖ ਕਹਿਣਗੇ ਵੀ ਮੈਂ ਨਹੀਂ, ਤੂੰ ਪਹਿਲਾਂ ਜਾ। ਉਹ ਕਹਿੰਦਾ ਮੈਂ ਹੈਰਾਨ ਹੋਇਆ ਕਿ ਜਥੇਦਾਰ ਖੜੇ ਹੋ ਕੇ ਬੋਲਦਾ ਹੈ ਕਿ ਵੀਰੋ ਪਹਿਲੇ ਮੈਂ ਜਾਵਾਂਗਾ, ਉਸ ਤੋਂ ਬਾਅਦ ਮੇਰਾ ਸੈਕਿੰਡ ਇਨ ਕਮਾਂਡ ਜਾਏਗਾ, ਫਿਰ ਥਰਡ ਇਨ ਕਮਾਂਡ ਜਾਏਗਾ। ਉਹ ਮੁਸਲਮਾਨ ਲਿਖਦਾ ਕਿ 17 ਲੋਕ, 17 ਸਿੱਖ ਉੱਥੇ ਸ਼ਹੀਦ ਹੋਏ। ਮੁਲਤਾਨ ਦੀ ਦੀਵਾਰ ਢਹਿ ਗਈ ਤੇ ਉਹਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ, ਕਹਿੰਦਾ ਮੇਰੇ ਚਾਹ ਆਇਆ ਕਿ ਮੈਂ ਵੀ ਜਾਵਾਂ। ਇਹਨਾਂ ਸਿੱਖਾਂ ਦਾ ਪ੍ਰੇਮ ਔਰ ਕਮਿਟਮੈਂਟ ਦੇਖ ਕੇ ਮੇਰੇ 'ਚ ਚਾਹ ਆਇਆ ਕਿ ਮੈਂ ਵੀ ਜਾਵਾਂ। ਕਹਿੰਦਾ ਫਿਰ ਮੈਂ ਸੋਚਿਆ ਜੇ ਮੈਂ ਚਲਾ ਗਿਆ ਤੇ ਲਿਖੇਗਾ ਕੌਣ ਔਰ ਦੱਸੇਗਾ ਕੌਣ, ਇਹ ਸਿੱਖਾਂ ਦਾ ਪ੍ਰੇਮ ਕਿੱਥੋਂ ਆਇਆ? ਇਹ ਛੋਹ ਹੈ ਕੁਝ ਗੁਰੂ ਦੀ, ਇਹ ਸਾਂਝ ਹੈ। ਜਦੋਂ ਇੱਕ ਦੂਜੇ ਨਾਲ ਸਾਂਝ ਕਰਕੇ ਚਲਾਂਗੇ, ਇੱਕ ਦੂਜੇ ਦਾ ਸਪੋਰਟ ਸਿਸਟਮ ਬਣਾਂਗੇ, ਕਮਿਊਨਿਟੀ ਬਿਲਡਿੰਗ ਉੱਥੋਂ ਸ਼ੁਰੂ ਹੁੰਦੀ ਹੈ। ਅੱਜ ਮਾਫ ਕਰਨਾ, ਦਿੱਲੀ ਦੀ ਕਮਿਊਨਿਟੀ ਬਿਲਡਿੰਗ ਹੈ ਨਹੀਂ। ਦੋ ਚੀਜ਼ਾਂ ਨੇ, ਇੱਕ ਤਾਂ ਨਾਮ ਅਭਿਆਸ, ਇੱਕ ਕਮਿਊਨਿਟੀ ਬਿਲਡਿੰਗ, ਇੱਥੇ ਡਿਸਟਰੋਏ ਹੋ ਚੁੱਕੀ। ਇੱਥੇ ਦਿਖਦਾ ਬਰਗਾੜੀ ਤੋਂ ਹੀ, ਬਰਗਾੜੀ 'ਚ ਕੀ ਹਾਲ ਹੋ ਗਏ, ਅਸੀਂ ਆਪਣੇ ਘਰ 'ਚ ਬੈਠ ਕੇ ਟੀਵੀਆਂ ਦੇਖਦੇ ਪਏ ਹਾਂ ਤੇ ਕੰਮ ਖਤਮ ਹੋ ਗਿਆ। ਮਾਫ ਕਰਨਾ, ਪਰ ਕੁਝ ਸੋਚਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਕਿ ਇੱਥੇ ਜਿੱਥੇ ਅਸੀਂ ਪਹੁੰਚ ਗਏ, ਵੀ ਆਰ ਆਲ ਰਿਸਪੋਂਸੀਬਲ। ਇਹਦਾ ਸ਼ੋਅ ਸਾਰਿਆਂ ਨੂੰ ਜਾਂਦਾ ਹੈ। ਇੱਕ ਬੈਂਬਾ ਕਮਿਊਨਿਟੀ ਅਫਰੀਕਾ ਦੀ, ਤੁਸੀਂ ਕਦੇ ਪੜ੍ਹਨਾ ਉੱਥੇ ਦੇਖਣਾ, ਕਹਿੰਦੇ ਉਹ ਆਪਸ ਵਿੱਚ ਜੋ ਗਲਤ ਕਰਦਾ ਹੈ ਉਹਨੂੰ ਇਕੱਠਾ ਕਰ ਦਿੰਦੇ, ਵਿੱਚ ਖੜਾ ਕਰ ਦਿੰਦੇ ਔਰ ਉਹਨੂੰ ਸੁਣਾਉਂਦੇ ਹੈ ਉਹਦੀ ਅੱਛੀ ਕੁਆਲਿਟੀਜ਼, ਵਾਟ ਆਰ ਯੂਅਰ ਗੁੱਡ ਕੁਆਲਿਟੀਜ਼। ਦੋ ਦਿਨ ਉਹਨੂੰ ਸੁਣਾਉਂਦੇ ਰਹਿੰਦੇ। ਆਪਸ ਦਾ ਪ੍ਰੇਮ ਹੈ, ਆਪਸ ਦੀ ਸਾਂਝ ਹੈ, ਗੁਰੂ ਦੀ ਛੋਹ ਹੈ, ਜਿਹਦੇ ਨਾਲ ਇਹ ਕਮਿਊਨਿਟੀ ਇੱਥੇ ਤੱਕ ਪਹੁੰਚੀ ਹੈ। ਅੱਜ ਉਸਨੂੰ ਅਸੀਂ ਛੋੜ ਦਈਏ ਜਾਂ ਸਾਂਝ ਨਾ ਰੱਖੀਏ ਤੇ ਹਾਲਾਤ ਵਿਗੜਦੇ ਜਾਣਗੇ। ਪੋਲੀਟਿਕਸ ਨੇ ਤੇ ਓਵਰਟੇਕ ਕਰ ਲਿਆ ਸਾਨੂੰ, ਸਾਰਾ ਕੁਝ ਪੋਲੀਟੀਕਲ ਹੋ ਗਿਆ, ਕੀ ਕਰਾਂਗੇ ਅੱਗੇ? ਵੇਅਰ ਵਿਲ ਦਿਸ ਐਨਰਜੀ ਕਮ ਫਰੋਮ?
how will it happen? ਇਹ ਆਪ ਨੂੰ ਸਾਨੂੰ ਸਾਰਿਆਂ ਨੂੰ ਘਰ ਜਾ ਕੇ ਸੋਚਣਾ ਹੈ, ਵਿਚਾਰਨ ਦੀ ਲੋੜ ਹੈ। ਦਰਦ ਤੋਂ, ਦਰਦ ਦੀ ਸ਼ਕਤੀ ਤੋਂ, ਉਸ ਪੇਨ ਤੋਂ ਅਸੀਂ ਟ੍ਰਾਂਸਫਰਮੇਸ਼ਨ ਲਿਆ ਸਕਦੇ ਹਾਂ। ਇੱਕ ਦਾਰਸ਼ਨਿਕ, ਅਮਰੀਕਨ ਦਾਰਸ਼ਨਿਕ ਹੋਇਆ, ਤੁਸੀਂ ਆਪ ਕਦੇ ਪੜ੍ਹੇ ਕਿ ਨਹੀਂ, ਹੈਨਰੀ ਡੇਵਿਡ ਥਿਓਰੋ, 1840 ਚ 2 ਸਾਲ 2 ਮਹੀਨੇ ਇੱਕ ਪੌਂਡ ਤੇ ਜਾ ਕੇ ਰਿਹਾ। ਉਹਦਾ ਨਾਂ ਹੈ ਵਾਲਡਨ, ਵਾਲਡਨ ਪੌਂਡ। ਉਹਨੇ ਇੱਕ ਐਕਸਪੈਰੀਮੈਂਟ ਕੀਤਾ ਇਕੱਲੇ ਰਹਿ ਕੇ ਉਹਨੇ ਐਕਸਪੈਰੀਮੈਂਟ ਕੀਤਾ। ਉਹ ਜਿਹੜੀ ਕਿਤਾਬ ਲਿਖੀ ਉਹਦਾ ਨਾਂ ਵਾਲਡਨ ਹੈ, ਉਹਦੇ ਚ ਇੱਕ ਐਸੇ ਹੈ, ਡੂਇੰਗ ਐਂਡ ਬੀਇੰਗ। ਜੇ ਮੈਂ ਸਧਾਰਨ ਅੱਖਰਾਂ ਚ ਕਹਾਂ ਤੇ ਕਰਨਾ ਔਰ ਨਾ ਕਰਨਾ। ਕਰਨ ਦਾ ਮਤਲਬ ਐਕਸ਼ਨ ਔਰ ਬੀਇੰਗ ਦਾ ਮਤਲਬ ਇਨ ਐਕਸ਼ਨ, ਜਿੱਥੇ ਮੈਂ ਬਿਲਕੁਲ ਨਿਊਟਰਲ ਹਾਂ। ਮੈਂ ਇਸ ਨੂੰ ਡਿਫਾਈਨ ਕਰਦਾ ਡੂਇੰਗ, ਕਰਨ ਦੀ ਸ਼ਕਤੀ ਔਰ ਸਹਿਜ, ਜਿਸ ਨੂੰ ਮਹਾਰਾਜ ਨੇ ਨਾਮ ਕਿਹਾ। ਮੇਰੀ ਇਹ ਸਬਮਿਸ਼ਨ ਹੈ ਕਿ ਇਸ ਚੇਂਜ ਨੂੰ ਲਿਆਉਣ ਵਾਸਤੇ ਸਾਨੂੰ ਨਾਮ ਤੋਂ ਸ਼ਕਤੀ ਲੈਣੀ ਪਏਗੀ, ਸਹਿਜ ਤੋਂ ਸ਼ਕਤੀ ਲੈਣੀ ਪਏਗੀ। ਸਾਂਝ, ਸੰਗਤ ਔਰ ਸ਼ਬਦ, ਆਪ ਲੋਕ ਇਕੱਠੇ ਹੋਏ, ਅਸੀਂ ਸਭ ਬੈਠੇ ਹਾਂ, ਕਿਉਂ ਨਾ ਅਸੀਂ ਇੱਕ ਜਥੇਬੰਦੀ ਬਣਾਈਏ, ਮਹੀਨੇ 'ਚ ਇੱਕ ਵਾਰ, ਦੋ ਵਾਰ, ਤਿੰਨ ਵਾਰ ਕੁਝ ਕੀਰਤਨ ਹੋਏ, ਕੁਝ ਕਥਾ ਹੋਏ, ਕੁਝ ਗੁਰੂ ਦੀ ਵਿਚਾਰ ਹੋਏ, ਆਪਸ ਨੂੰ ਇੱਕ ਦੂਜੇ ਨੂੰ ਜਾਣੀਏ, ਸਮਝੀਏ, ਉਸ ਸ਼ਕਤੀ ਤੋਂ ਫਿਰ ਕੁਝ ਚੇਂਜ ਲਿਆਈਏ। ਏ ਟਾਈਮ, ਦਿਸ ਇਜ਼ ਕਾਲਿੰਗ ਫਾਰ ਅ ਚੇਂਜ। ਜੇ ਸੰਗਤੀ ਤੌਰ ਤੇ ਅਸੀਂ ਸਾਂਝ ਰੱਖਾਂਗੇ, ਸ਼ਬਦ ਨਾਲ ਲੈ ਕੇ ਚੱਲਾਂਗੇ, ਤੇ ਵੀ ਵਿਲ ਨੈਵਰ ਗੋ ਰੋਂਗ। ਔਰ ਇੱਥੇ ਤੱਕ ਅਸੀਂ ਪਹੁੰਚੇ ਕਿਉਂਕਿ ਸ਼ਬਦ ਨੂੰ ਇਗਨੋਰ ਕਰਦੇ ਗਏ। ਮੇਰਾ ਇੱਕ ਪ੍ਰਪੋਜ਼ਲ ਹੈ, ਮੈਂ ਆਪ ਨੂੰ ਇਹ ਸਬਮਿਟ ਕਰਦਾ ਕਿ ਜਿਹੜੇ ਇਹ ਹਾਲਾਤ ਨੇ ਗੁਰਦੁਆਰਾ ਕਮੇਟੀ ਦੇ, ਦਿਸ ਕਾਲਸ ਫਾਰ ਟ੍ਰਾਂਸਪੇਰੈਂਸੀ ਇਨ ਗੁਰਦੁਆਰਾ ਮੈਨੇਜਮੈਂਟ ਸਿਸਟਮ। ਵੀ ਹੈਵ ਟੂ ਕਾਲ ਫਾਰ ਸੈਲਫ ਆਡਿਟ ਬਾਏ ਕਮਿਊਨਿਟੀ ਐਂਡ ਬਾਏ ਸੀਏਸ। ਆਪਣਾ ਸੀਏ ਬਿਠਾ ਕੇ ਨਹੀਂ, ਅਸੀਂ 4-5 ਸੀਨੀਅਰ ਲੋਕ, ਬਿਜ਼ਨਸ ਪੀਪਲ ਕਮਿਊਨਿਟੀ ਦੇ ਬੈਠਣ, ਨਾਲ ਸੀਏ ਬੈਠਣ, ਉਹਨਾਂ ਮੰਥਲੀ ਬੇਸਿਸ ਦੀ ਇੰਟਾਇਰ ਅਕਾਊਂਟ ਸ਼ੁੱਡ ਬੀ ਆਡਿਟਿਡ। ਦਿਸ ਕੈਨੋਟ ਗੋ ਵਿਦਆਊਟ ਆਡਿਟ। ਹਾਊ ਕੈਨ ਵੀ ਅਲਾਊ ਲੂਟ? ਵਨ ਮੈਨ ਵਨ ਪੋਸਟ। ਮਹਾਰਾਜ ਨੇ ਸਾਨੂੰ ਕਿਰਤ ਕਰਨ ਨੂੰ ਕਿਹਾ, ਹੁਣ ਕਿਰਤ ਕਰਦੇ ਹੋਏ ਸਾਡੇ ਕੋਲ ਕਿੰਨਾ ਸਮਾਂ ਰਹਿ ਜਾਂਦਾ ਕਿ ਅਸੀਂ ਇੱਕ ਪੋਲੀਟੀਕਲ ਪਾਰਟੀ ਦੇ ਮੈਂਬਰ ਵੀ ਬਣੀਏ, ਉਹਦੀ ਵੀ ਪੋਸਟ ਰੱਖੀਏ, ਉਸ ਤੋਂ ਬਾਅਦ ਗੁਰਦੁਆਰਾ ਕਮੇਟੀ ਦੀ ਵੀ ਪੋਸਟ ਰੱਖੀਏ, ਆਪਣੀ ਕਿਰਤ ਵੀ ਕਰੀਏ। ਮਾਈ ਪ੍ਰਪੋਜ਼ਲ, ਮਾਈ ਸਬਮਿਸ਼ਨ ਕਿ ਜਿਸ ਜਨ ਕੋਲ ਪੋਲੀਟੀਕਲ ਪੋਸਟ ਹੈ ਕੋਈ, ਉਹ ਗੁਰਦੁਆਰਾ ਕਮੇਟੀ ਦੀ ਪੋਸਟ ਨਹੀਂ ਲੈਣੀ ਚਾਹੀਦੀ। ਡਜ਼ਨਟ ਮੇਕ ਸੈਂਸ, ਡੂ ਦੇਰ ਇਜ਼ ਨੋ ਜਸਟਿਸ। ਇੱਕ ਬੰਦੇ ਕੋਲ ਇੱਕ ਪੋਸਟ ਹੋਏ, ਦਿਸ ਇਜ਼ ਅ ਰੂਲ ਇਨ ਆਲ ਗਵਰਨਮੈਂਟ ਪਲੇਸਿਸ ਨਾਓ। ਤੇ ਆਪ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਮੈਂਬਰ ਹੋ ਗਏ, ਉਹਦੇ ਤੁਸੀਂ ਫਸਟ ਆਫ ਆਲ ਦਿਸ ਅਫੀਲੀਏਸ਼ਨ ਇਜ਼ ਰੋਂਗ ਕਿ ਪੋਲੀਟੀਕਲ ਪਾਰਟੀਜ਼ ਹੈਵ ਨਾਓ ਗੋਟ ਬੈਕਡੋਰ ਐਂਟਰੀ ਇਨ ਟੂ ਗੁਰਦੁਆਰਾ। ਇਹ ਤੇ ਸਾਡਾ ਪੋਲੀਟਿਕਸ ਨਾਲ ਇਹ, ਦੀਜ਼ ਆਰ ਨਾਟ ਟੂ ਬੀ ਯੂਜ ਫਾਰ ਪੋਲੀਟੀਕਲ ਪਰਪਸਿਸ। ਦੀਜ਼ ਗੁਰਦੁਆਰਾ ਕਮੇਟੀਜ਼ ਆਰ ਮੈਨੇਜਮੈਂਟ ਕਮੇਟੀਜ਼ ਫਾਰ ਆਰਗਨਾਈਜ਼ਿੰਗ ਸਿੱਖ ਅਫੇਅਰਸ। ਖਰਚੇ ਦੇ ਚਾਰਟਰਡ ਪਲੇਨਸ, 4 ਕਾਰਸ ਪਰ ਪਰਸਨ, ਸਿਕਿਉਰਿਟੀ ਗਾਰਡਸ, ਦਿਸ ਇਜ਼ ਨਾਟ। ਅਗਰ ਤੁਹਾਨੂੰ ਡਰ ਹੈ, ਪਰਸਨਲ ਸੇਫਟੀ ਦਾ ਡਰ ਹੈ, ਤੇ ਆਪ ਗਵਰਨਮੈਂਟ ਤੋਂ ਪੁਲਿਸ ਆਫਿਸਰਸ ਲੈ ਲਓ। ਯੂ ਕੈਨੋਟ ਹੈਵ 3 ਔਰ 4 ਸਿਕਿਉਰਿਟੀ ਗਾਰਡਸ ਪਰ ਪਰਸਨ ਐਂਡ ਗੁਰਦੁਆਰਾ ਕਮੇਟੀ ਇਜ਼ ਪੇਇੰਗ ਫੋਰ ਇਟ। ਇਸ ਤਰ੍ਹਾਂ ਦੇ ਇਹ ਗੁਰਦੁਆਰਾ ਕਮੇਟੀ ਦਾ ਰੋਲ ਹੀ ਨਹੀਂ ਹੈ। ਅਸੀਂ ਤਾਂ ਡੀਜ਼ਲ ਪੈਟਰੋਲ ਇਹ ਵੀ ਨਹੀਂ ਜਾਣਾ ਚਾਹੀਦਾ ਇੱਥੇ ਤੇ, ਜੋ ਆਏ ਨਾਲ ਕੁਝ ਲੈ ਕੇ ਆਏ, ਲਿਜਾਏ ਕੁਝ ਨਹੀਂ, ਲੈ ਕੇ ਆਏ ਨਾਲ, ਭਾਵੇਂ ਉਹ ਪੈਸਾ ਨਾ ਲਿਆਏ, ਆਪਣੀ ਸੇਵਾ ਲਿਆਏ, ਆਪਣਾ ਸਮਾਂ ਲਿਆਏ, ਭਾਵਨਾ ਲਿਆਏ।
ਪਰ ਕੁਝ ਪਾ ਕੇ ਜਾਏ ਕੋਲਕ ਚ ਲੈ ਕੇ ਕੁਝ ਨਹੀਂ ਜਾਣਾ ਮੇਕ ਪਬਲਿਕ ਆਲ ਮੈਂਬਰ ਐਕਸਪੈਂਸਿਸ ਜੋ ਮੈਂਬਰ ਦੇ ਪਰਸਨਲ ਐਕਸਪੈਂਸਿਸ ਅਨਾਊਂਸ ਦੈਮ ਮੰਥਲੀ ਟੂ ਦ ਇੰਟਾਇਰ ਕਮਿਊਨਿਟੀ ਉੱਥੇ ਬੋਰਡ ਲਗਾ ਦਿਓ ਅੱਜ 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 ਇਸ ਤਰੀਕ ਤੱਕ ਇੰਨਾ ਖਰਚਾ ਇਸ ਬੰਦੇ ਦਾ ਹੋਇਆ ਸੋ ਦੈਟ ਵੀ ਨੋ ਕਿ ਕੌਣ ਕਿੰਨਾ ਖਰਚਾ ਪਰਸਨਲ ਕਰ ਰਿਹਾ ਆਈ ਆਲਸੋ ਹੈਵ ਹਰਡ ਕਿ ਕਈ ਵਾਰੀ ਚਾਕਰ ਘਰਾਂ ਚ ਲੱਗੇ ਨੇ ਲੋਕਾਂ ਦੇ ਗੁਰਦੁਆਰਾ ਕਮੇਟੀ ਦੇ ਰੋਲ ਤੇ ਨੇ ਦਿਸ ਇਜ਼ ਸਮਥਿੰਗ ਰੋਂਗ ਹੇਅਰ ਇੱਕ ਇਸ਼ੂ ਹੋਰ ਜਿਹੜਾ ਸਾਡੇ ਸਾਹਮਣੇ ਆਇਆ ਪਿੱਛੇ ਆਪ ਨੂੰ ਇੱਕ ਗੱਲ ਦੱਸਾਂ ਦਰਬਾਰ ਸਾਹਿਬ ਦੀ ਜਿਹੜੀ ਬਿਲਡਿੰਗ ਬਣੀ ਹੈ ਉਹ ਨਾਨਕਸ਼ਾਹੀ ਇੱਟਾਂ ਦੀ ਬਣੀ ਹੈ ਸ਼ਾਇਦ ਆਪ ਨੂੰ ਪਤਾ ਹੈ ਕਿ ਨਹੀਂ ਪਤਾ ਉਹ ਨਾਨਕਸ਼ਾਹੀ ਇੱਟ ਅਗਰ ਤੁਸੀਂ ਵਿੱਚੋਂ ਕੱਢੋ ਇੱਕ ਇੱਟ ਕੱਢ ਲਓ ਤੇ ਦਰਬਾਰ ਨਹੀਂ ਢਹੇਗੀ ਨਾਲ ਦੀ ਇੱਟਾਂ ਜਿਹੜੀਆਂ ਦੇ ਆਰ ਕਾਇੰਡ ਆਫ ਲੋਕਡ ਇਹ ਗੁਰੂ ਮਹਾਰਾਜ ਦੇ ਸਮੇਂ ਤੋਂ ਆਪ ਬਣਾਈਆਂ ਗਈਆਂ ਹੁਣ ਇਹ ਹੈਰੀਟੇਜ ਹੈ ਸਾਡੀ ਇਸ ਹੈਰੀਟੇਜ ਤੇ ਕੋਈ ਕੰਟਰੋਲ ਹੀ ਨਹੀਂ ਹੈ ਸਾਨੂੰ ਕੌਣ ਕੀ ਬਦਲੀ ਕਰ ਦੇ ਕੌਣ ਕਿਹੜੇ ਦਰਵਾਜ਼ੇ ਬਦਲੀ ਕਰ ਲਏ ਕੌਣ ਕਿਹੜੀ ਹੈਰੀਟੇਜ ਦਾ ਪੀਸ ਡਿਸਟਰੋਏ ਕਰ ਦੇ ਦੇਰ ਇਜ਼ ਨੋ ਕੰਟਰੋਲ ਆਈ ਪ੍ਰਪੋਜ਼ ਦੈਟ ਯੂ ਸ਼ੁੱਡ ਹੈਵ ਅ ਹੈਰੀਟੇਜ ਕਮੇਟੀ ਅ ਕਮੇਟੀ ਆਫ ਐਕਸਪਰਟਸ ਜਿਹੜੀ ਸਾਡੀ ਹੈਰੀਟੇਜ ਬਿਲਡਿੰਗ ਨੂੰ ਸੰਭਾਲਣ ਵਾਸਤੇ ਅਪਰੂਵਲਸ ਦੇਣ ਜੇ ਕੋਈ ਵੀ ਕੰਮ ਕੋਈ ਕਰੇ ਅੱਜ ਦਰਵਾਜ਼ਾ ਤੁਸੀਂ ਬਦਲ ਲਿਆ ਕਿਸੇ ਐਕਸਪਰਟ ਦਾ ਐਡਵਾਈਸ ਹੀ ਨਹੀਂ ਹੈ ਸਾਨੂੰ ਉਹ ਸੈਂਡਲਵੁੱਡ ਦੇ ਦਰਵਾਜ਼ੇ ਸਨ ਤੁਸੀਂ ਸ਼ੀਸ਼ਮ ਦੇ ਦਰਵਾਜ਼ੇ ਲਾਤੇ ਇਹ ਕੋਈ ਜੋ ਮਰਜ਼ੀ ਜਵਾਇਆ ਕਰੀ ਜਾਂਦਾ ਇਹ ਗੁਰੂ ਮਹਾਰਾਜ ਦੇ ਸਮੇਂ 200 ਸਾਲ ਪੁਰਾਣੇ ਗੁਰਦੁਆਰੇ ਲੱਗੇ ਦਰਵਾਜ਼ੇ ਲੱਗੇ ਹੈ ਅਸੀਂ ਉਹਨਾਂ ਨੂੰ ਚੱਕ ਕੇ ਸਾਈਡ ਤੇ ਰੱਖਤਾ ਬਦਲ ਦਿੱਤਾ ਆਪ ਹੀ ਨੋ ਵਨ ਵਾਚਿਸ ਨੋ ਵਨ ਸੇਜ਼ ਐਨੀਥਿੰਗ ਨੋ ਹੈਰੀਟੇਜ ਇਹ ਕੁਝ ਸਮੇਂ ਪਹਿਲੇ ਗੱਲ ਚੱਲੀ ਸੀ ਕਿ ਦਰਬਾਰ ਸਾਹਿਬ ਸ਼ੁੱਡ ਬੀ ਮੇਡ ਵਰਲਡ ਹੈਰੀਟੇਜ ਸਾਈਟ ਇਟ ਵਾਜ਼ ਰਜਿਸਟਰਡ ਬਟ ਵਾਟਸ ਦਾ ਰੀਜ਼ਨ ਇਫ ਇਟਸ ਅ ਵਰਲਡ ਹੈਰੀਟੇਜ ਸਾਈਟ ਉਹਦੀ ਹੈਰੀਟੇਜ ਸੰਭਾਲਣ ਦੀ ਇੰਟਰਨੈਸ਼ਨਲ ਬਾਡੀਜ਼ ਕੰਟਰੋਲ ਕਰਨਗੀਆਂ ਨਾਲ ਸਾਡੇ ਐਂਡ ਇਟਸ ਅ ਵਾਂਟਡ ਥਿੰਗ ਇਜ਼ ਇਟ ਨਾਟ ਆਰ ਹੈਰੀਟੇਜ ਕਿ ਅਸੀਂ ਸਾਰੇ ਗੁਰਦੁਆਰੇ ਇੱਕੋ ਜਿਹੇ ਦਿਖਣੇ ਸ਼ੁਰੂ ਹੋ ਗਏ ਆਈ ਪ੍ਰਪੋਜ਼ ਦੈਟ ਵੀ ਸ਼ੁੱਡ ਹੈਵ ਅ ਕਮਿਟੀ ਅ ਹੈਰੀਟੇਜ ਕਮਿਟੀ ਆਰਗਨਾਈਜ਼ਡ ਹੇਅਰ ਇਨ ਦਿੱਲੀ ਜਿਹੜੀ ਸਾਡੇ ਗੁਰਦੁਆਰਿਆਂ ਦੀ ਹੈਰੀਟੇਜ ਨੂੰ ਸੰਭਾਲੇ ਕੋਈ ਵੀ ਚੇਂਜ ਇੱਟ ਪੱਥਰ ਵੀ ਲੱਗੇਗੀ ਕਮਿਟੀ ਦੇ ਬਿਨਾਂ ਨਾ ਬਣੇ ਆਈ ਐਮ ਨੋਟ ਅ ਪੋਲੀਟੀਕਲ ਪਰਸਨ ਆਈ ਹੈਵ ਨੋਟ ਕਮ ਹੇਅਰ ਸਰ ਫੋਰ ਐਨੀ ਪੋਲੀਟਿਕਸ ਬਟ ਮੈਂ ਦਰਦ ਨਾਲ ਆਇਆ ਕਿ ਮੇਰੀ ਅੱਜ ਕਮਿਊਨਿਟੀ ਦਾ ਹਾਲ ਕੀ ਹੈ ਔਰ ਇਹ ਲੋਕ ਇਹਨਾਂ ਲੋਕ ਨਾਲ ਅਸੀਂ ਵਿਚਰਦੇ ਰਹੇ ਹਾਂ ਮਨਜੀਤ ਸਾਡਾ ਬਚਪਨ ਤੋਂ ਨਾਲ ਚੱਲਦਾ ਰਿਹਾ ਹੈ ਕੋਈ ਬਾਹਰ ਕੋਈ ਲੌਜਿਕ ਵੀ ਨਹੀਂ ਬਣਦੀ ਪਈ ਕਿ ਬਈ ਮਿਲ ਬੈਠ ਗੱਲ ਕਰ ਅਰੇ ਯਾਰ ਦੱਸ ਤਾਂ ਸਹੀ ਕਿਸ ਤਰ੍ਹਾਂ ਹੈ ਕੀ ਹੈ ਕਿਸ ਨੂੰ ਜਗ੍ਹਾ ਰਕਾਬਗੰਜ ਦੀ ਜਗ੍ਹਾ ਤੁਸੀਂ ਹੈਂਡਓਵਰ ਕਰ ਦਿਓ ਕਿਸੇ ਨੂੰ ਕਮਿਊਨਿਟੀ ਦੀ ਲਹੂ ਲੱਗਿਆ ਹੈ ਇਸ ਤੇ ਲੋਕਾਂ ਦਾ ਖੂਨ ਡੁੱਲਿਆ ਹੈ ਅੰਗਰੇਜ਼ਾਂ ਨੇ ਰਕਾਬਗੰਜ ਦੀ ਇੱਕ ਦੀਵਾਰ ਛੂਈ ਸੀ ਇੱਥੇ ਮੋਰਚਾ ਹੋ ਗਿਆ ਸੀ ਅੱਜ 2000-1500 ਗਜ਼ ਜਗ੍ਹਾ ਕਾਰ ਸੇਵਾ ਦੇ ਨਾਂ ਤੇ ਅਸੀਂ ਕਿਸੇ ਨੂੰ ਹੈਂਡਓਵਰ ਕਰਦੀ ਖਾਲੀ ਨਹੀਂ ਹੋਣ ਵਾਲੀ ਉਹ ਸਾਡੇ ਤੋਂ ਕੀ ਹੈ ਕੀ ਹੈ ਮਤਲਬ ਦਿਸ ਇਜ਼ ਪਰਸਨਲ ਪ੍ਰੋਪਰਟੀ ਟੂ ਗਿਵ ਅਵੇ ਆਈ ਡੋਂਟ ਅੰਡਰਸਟੈਂਡ ਕਿ ਅਸੀਂ ਐਜ਼ ਏ ਕਮਿਊਨਿਟੀ ਕਿੱਧਰ ਜਾ ਰਹੇ ਹਾਂ ਸਾਡੇ ਗੁਰਦੁਆਰੇ ਦਿੱਤੇ ਜਾਣ ਹਿੱਸੇ ਲਿੱਤੇ ਜਾਣ ਅਸੀਂ ਕੁਛ ਦੇਖ ਦਈਏ ਕੀ ਹਾਲਾਤ ਹੋ ਗਏ ਹੈ ਬਟ ਆਈ ਡੂ ਹੈਵ ਅ ਡਰੀਮ ਇੱਕ ਸੁਪਨਾ ਹੈ ਔਰ ਮੈਂ ਆਸ ਕਰਦਾ ਕਿ ਗੁਰੂ ਮਹਾਰਾਜ ਕਿਸੇ ਦਿਨ ਸੱਚ ਕਰਨਗੇ ਕਿ ਜਦੋਂ ਅਸੀਂ ਇਹ ਕਮੇਟੀਆਂ ਅਸੀਂ ਚਲਾਵਾਂਗੇ ਅੱਗੇ ਇਲੈਕਸ਼ਨ ਵਿਲ ਨਾਟ ਬੀ ਦ ਫਾਊਂਡੇਸ਼ਨ ਭਾਵੇਂ ਐਕਟ ਹੋਏਗਾ ਆਪਸ ਮਿਲ ਬੈਠ ਕੇ ਕਮੇਟੀਆਂ ਬੁਲਾ ਲਾਂਗੇ ਇਹ ਪਹਿਲਾਂ ਸੀਗਾ ਇਸ ਤਰ੍ਹਾਂ ਦਾ ਹਾਲ ਔਰ ਇੱਕ ਦੂਜੇ ਨੂੰ ਵਾਚ ਕਰਾਂਗੇ ਸਪੋਰਟ ਕਰਾਂ ਕੋਈ ਗਲਤ ਕਰੇਗਾ ਤੇ ਉਸਨੂੰ ਸਿੱਧੇ ਰਾਹ ਪਾਵਾਂਗੇ ਭਾਈ ਸਾਹਿਬ ਮੈਂ ਆਪ ਸਭ ਤੋਂ ਖਿਮਾ ਮੰਗਦਾ ਕੁਛ ਗਲਤ ਕਿਹਾ ਹੋਏ ਔਰ ਧੰਨਵਾਦ ਕਰਦਾ ਆਪਨੇ ਮੈਨੂੰ ਸਮਾਂ ਦਿੱਤਾ ਔਰ ਆਸ ਰੱਖਦਾ ਕਿ ਅਸੀਂ ਮਿਲ ਬੈਠ ਕੇ ਕੁਛ ਕਮਿਊਨਿਟੀ ਦਾ ਕੌਮ ਦਾ ਕੁਝ ਡਾਇਰੈਕਸ਼ਨ ਦੇਣ ਜੋਗੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ